ਸੋ ਸਟੂਡੈਂਟਸ ਤੁਹਾਡਾ ਸਾਰਾ ਜਿਹਾ ਨਿੱਘਾ ਜਿਹਾ ਸਵਾਗਤ। ਮੈਂ ਤੁਹਾਡਾ ਆਪਣਾ ਵਰੁਣ ਤਿਵਾਰੀ ਅਤੇ ਅੱਜ ਮੇਰੇ ਨਾਲ ਨੇ ਇੱਕ ਛੋਟੇ ਜਿਹੇ ਸ਼ਹਿਰ ਤੋਂ ਚੱਲ ਕੇ ਇੱਕ ਇੰਟਰਨੈਸ਼ਨਲ ਲੈਵਲ ਦੇ ਉੱਤੇ ਆਪਣੇ ਨਾਮ ਦਾ ਖੁਦ ਮਿਹਨਤ ਕਰਕੇ ਆਪਣੇ ਨਾਮ ਦਾ ਲੋਹਾ ਮਨਾਉਣਾ ਅਤੇ ਮੈਂ ਅੱਜ ਇੱਕ ਸਪੈਸ਼ਲ ਮੁਲਾਕਾਤ ਤੁਹਾਡੀ ਕਰਵਾਉਣ ਜਾ ਰਿਹਾ ਮਨਪ੍ਰੀਤ ਸੇਖੋਂ ਨਾਲ। ਤੁਹਾਡਾ ਸਟੂਡੀਓ 'ਚ ਬਹੁਤ ਬਹੁਤ ਸਵਾਗਤ। ਥੈਂਕ ਯੂ ਸੋ ਮਚ ਪਹਿਲਾਂ ਤਾਂ ਮੈਨੂੰ ਇੱਥੇ ਬੁਲਾਉਣ ਵਾਸਤੇ। ਮੈਂ ਬਹੁਤ ਮਾਣ ਮਹਿਸੂਸ ਕਰਦੀ ਹਾਂ ਕਿ ਮੈਨੂੰ ਇੰਨਾ ਪਿਆਰ ਮਿਲਦਾ ਜਦ ਵੀ ਮੈਂ ਸਿਡਨੀ ਆਉਂਦੀ ਹਾਂ। ਥੈਂਕ ਯੂ ਸੋ ਮਚ। ਪੂਰੀ ਦੁਨੀਆਂ ਦੇ ਵਿੱਚ ਤੁਸੀਂ ਮਾਡਲਿੰਗ ਦੇ ਸ਼ੋਅਜ਼ ਕੀਤੇ ਆ ਅਤੇ ਮਾਡਲਿੰਗ ਦੇ ਸ਼ੋਅਜ਼ ਦੇ ਨਾਲ ਨਾਲ ਕਿਹੜਾ ਕਿ ਸਪੈਸ਼ਲੀ ਪੰਜਾਬੀਆਂ ਦਾ ਨਾਮ ਤੁਸੀਂ ਪੂਰਾ ਬਹੁਤ ਹੀ ਅੱਛੇ ਸਕੇਲ ਦੇ ਉੱਤੇ ਉਹਨੂੰ ਅੱਗੇ ਲੈ ਕੇ ਆਏ ਹੋ। ਕਿੱਦਾਂ ਮੇਰੇ ਖਿਆਲ ਨਾਲ ਦੁਨੀਆਂ ਦੇ ਵਿੱਚ ਅਲੱਗ ਅਲੱਗ ਦੇਸ਼ਾਂ ਦੇ ਵਿੱਚ ਜਾ ਕੇ ਮਾਡਲਿੰਗ ਰੈਂਪ ਦੇ ਉੱਤੇ ਮਾਡਲਿੰਗ ਕਰਨੀ ਅਤੇ ਆਪਣੇ ਨਾਮ ਨੂੰ ਬਣਾਉਣਾ, ਅਤੇ ਅਗਰ ਮੈਂ ਤੁਹਾਡੀ ਪੁੱਛਾਂ ਕਿ ਹੁਣ ਤੁਹਾਡੀ ਲੇਟੈਸਟ ਕਿਹੜਾ ਤੁਸੀਂ ਖਿਤਾਬ ਜਿੱਤਿਆ ਲੇਟੈਸਟ ਅਫਰੀਕਾ ਦੇ ਵਿੱਚ, ਅਤੇ ਥੋੜ੍ਹਾ ਜਿਹਾ ਉਹਦੇ ਬਾਰੇ, ਲੇਕਿਨ ਉਸ ਤੋਂ ਪਹਿਲਾਂ ਅਗਰ ਚਲੇ ਜਾਈਏ ਸ਼ੁਰੂਆਤੀ ਦਿਨ ਮਾਡਲਿੰਗ ਦੀ ਲਾਈਨ ਦੇ ਵਿੱਚ ਜਦ ਤੁਸੀਂ ਆਏ ਅਤੇ ਤੁਹਾਡੀ ਸ਼ੁਰੂਆਤ ਹੋਈ। ਮੈਨੂੰ ਪਤਾ ਲੱਗਾ ਕਿ ਤੁਸੀਂ ਕੁਝ ਫੋਟੋਗ੍ਰਾਫਸ ਪਾਈਆਂ ਸੀਗੀਆਂ, ਦੈਨ ਯੂ ਸਟਾਰਟ ਗੈਟਿੰਗ ਆਫਰਸ, ਤੇ ਉਤੋਂ ਥੋੜੀ ਸਟਾਰਟਿੰਗ ਕਰਕੇ ਥੋੜਾ ਜਿਹਾ ਸਾਰਿਆਂ ਵਾਸਤੇ ਥੋੜਾ ਜਿਹੀ ਜਾਣਕਾਰੀ ਹੋ ਜੇ। ਹਾਂਜੀ, ਤਾਂ ਸੋਸ਼ਲ ਮੀਡੀਆ ਦੇ ਉੱਤੇ ਜਿੱਦਾਂ ਤੁਸੀਂ ਦੱਸਿਆ ਕਿ ਮੈਂ ਕੁਝ ਪਿਕਚਰਸ ਪੋਸਟ ਕੀਤੇ, ਉਹ ਇੱਕ ਕਾਲਜ ਦਾ ਲੋਕਲ ਸਾਡਾ ਰੈਂਪ ਸੀਗਾ ਤੇ ਉਹ ਪਿਕਚਰਸ ਬਹੁਤ ਅੱਛੀਆਂ ਆਈਆਂ, ਮੈਂ ਪੋਸਟ ਕੀਤੀਆਂ, ਮੈਨੂੰ ਮਾਡਲਿੰਗ ਦੇ ਆਫਰਸ ਆਉਣ ਲੱਗ ਗਏ। ਫਿਰ ਮੈਂ ਜੋਸ਼ ਜੋਸ਼ ਦੇ ਵਿੱਚ ਫੈਮਿਨਾ ਮਿਸ ਇੰਡੀਆ ਲਈ ਅਪਲਾਈ ਕਰਤਾ ਤੇ ਉਹਦੇ ਆਡੀਸ਼ਨਸ ਮੈਂ ਦਿੱਤੇ, ਬਟ ਡਿਊ ਟੂ ਸਮ ਸਰਕਮਸਟੈਂਸਸ ਮੈਂ ਉਹਦੇ ਵਿੱਚ ਕੰਪੀਟ ਨਹੀਂ ਕੀਤਾ। ਬਟ ਮੇਰੇ ਮਨ ਦੇ ਅੰਦਰ ਸੀਗਾ ਕਿ ਨਹੀਂ, ਮੈਂ ਕਰਾਊਨ ਦੇ ਪ੍ਰਤੀ, ਮੈਨੂੰ ਬਹੁਤ ਪਿਆਰ ਸੀਗਾ ਕਿ ਆਈ ਵਾਂਟਡ ਟੂ ਬੀ ਅ ਪਾਰਟ ਆਫ ਬਿਊਟੀ ਪੇਜੈਂਟਸ, ਜਾਂ ਮੈਂ ਪੇਜੈਂਟ ਕਰਨੇ ਆ, ਹੈ ਨਾ। ਤਾਂ ਫਿਰ ਮੈਂ ਪਹਿਲਾ ਪੇਜੈਂਟ ਕੀਤਾ 2018 ਦੇ ਵਿੱਚ, ਜੋ ਕਿ ਫਿਲੀਪੀਨਸ 'ਚ ਹੋਇਆ ਸੀ, ਜਵੈਲ ਆਫ ਦਾ ਵਰਲਡ। ਉਹਦੇ ਵਿੱਚ ਮੈਂ ਫਸਟ ਰਨਰ ਅਪ ਰਹੀ ਸੀ ਤੇ ਮੈਨੂੰ ਆਪਣੇ ਕਲਚਰ ਨੂੰ ਪ੍ਰਮੋਟ ਕਰਨ ਵਾਸਤੇ ਇੱਕ ਸਪੈਸ਼ਲ ਅਵਾਰਡ ਦਿੱਤਾ ਗਿਆ ਸੀਗਾ। ਫਿਰ 2019 ਦੇ ਵਿੱਚ ਮੈਂ ਮਿਸ ਲਿਊਮੀਅਰ ਇੰਟਰਨੈਸ਼ਨਲ ਕੀਤਾ ਸੀ, ਉਹਦੇ ਵਿੱਚ ਵੀ ਮੈਨੂੰ ਮੇਨ ਕਰਾਊਨ ਨਹੀਂ ਮਿਲਿਆ, ਤਾਂ ਮੈਨੂੰ ਸਿਰਫ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਸੀਗਾ। ਤਾਂ ਮੇਰੇ ਮਨ ਦੇ ਅੰਦਰ ਰਹਿ ਗਿਆ ਕਿ ਯਾਰ ਮੇਨ ਕਰਾਊਨ ਨਹੀਂ ਜਿੱਤਿਆ। ਫਿਰ ਮੇਰਾ ਫਾਈਨਲ ਤੇ ਲਾਸਟ ਅਟੈਂਪਟ ਜੋ ਮੈਂ ਕੀਤਾ ਸੀਗਾ, ਜੋ ਮੇਰੇ ਲਈ ਬਹੁਤ ਇੰਪੋਰਟੈਂਟ ਸੀਗਾ, ਉਹ ਸੀਗਾ ਟੌਪ ਮਾਡਲ ਇੰਟਰਨੈਸ਼ਨਲ, ਇਹ ਗਾਨਾ ਦੇ ਵਿੱਚ ਹੋਇਆ ਸੀਗਾ ਤੇ ਇਹ ਮੈਂ ਜਿੱਤਿਆ ਤੇ ਮੈਂ ਬਹੁਤ ਪ੍ਰਾਊਡ ਫੀਲ ਕਰਦੀ ਹਾਂ। ਜਦ ਆਪਾਂ ਟਰੈਵਲ ਕਰਦੇ ਹਾਂ ਇੱਕ ਦੇਸ਼ ਤੋਂ ਅਗਲੇ ਦੇਸ਼ ਤੇ ਆਪਣੇ ਦੇਸ਼ ਨੂੰ ਰੀਪ੍ਰੈਜ਼ੈਂਟ ਕਰਨ ਦਾ ਮੌਕਾ ਮਿਲਦਾ ਹੈ, ਸਪੈਸ਼ਲੀ ਇੰਡੀਆ ਨੂੰ ਰੀਪ੍ਰੈਜ਼ੈਂਟ ਕਰਨ ਦਾ ਮੌਕਾ ਮਿਲਦਾ ਹੈ, ਦੈਟ ਫੀਲਿੰਗ ਜਦ ਕਰਾਊਨ ਤੁਹਾਡੇ ਸਿਰ ਤੇ ਪੈ ਰਿਹਾ ਸੀਗਾ, ਉਸ ਫੀਲਿੰਗ ਬਾਰੇ ਥੋੜਾ ਜਿਹਾ ਆਪਾਂ ਜਾਣਨਾ ਚਾਹਾਂਗੇ। ਜੋ ਲੋਕ ਮੈਨੂੰ ਫੋਲੋ ਕਰਦੇ ਆ ਉਹਨਾਂ ਨੇ ਦੇਖਿਆ ਵੀ ਆ, ਬਟ ਮੈਂ ਫਿਰ ਵੀ ਦੱਸ ਦਿੰਦੀ ਹਾਂ ਕਿ ਮੈਂ ਰੋ ਰਹੀ ਸੀ ਪਹਿਲੇ 2-3 ਮਿੰਟ ਜਦੋਂ ਉਹਨਾਂ ਨੇ ਅਨਾਊਂਸ ਕੀਤਾ ਕਿ ਇੰਡੀਆ, ਕਿਉਂਕਿ ਤੁਹਾਡੇ ਨਾਮ ਤੋਂ ਨੀ ਤੁਹਾਨੂੰ ਬੁਲਾਇਆ ਜਾਂਦਾ ਹੈਗਾ, ਤੁਹਾਡੇ ਕੰਟਰੀ ਦੇ ਨਾਮ ਤੋਂ ਤੁਹਾਨੂੰ ਬੁਲਾਇਆ ਜਾਂਦਾ, ਉਹ ਤਾਂ ਪਹਿਲਾਂ ਹੀ ਜਿੱਤ ਜਾਂਦਾ ਰਹਿੰਦਾ ਕਿ ਮੇਰੇ ਕੰਟਰੀ ਦੇ ਨਾਮ ਤੋਂ ਮੈਨੂੰ ਐਡਰੈਸ ਕੀਤਾ ਜਾ ਰਿਹਾ। ਤੇ ਜਦੋਂ ਉਹਨਾਂ ਨੇ ਮੈਨੂੰ ਕਰਾਊਨ ਲਗਾਉਣਾ ਸੀਗਾ ਮੇਰੇ ਸਿਰ ਦੇ ਉੱਤੇ, ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਰੁਕ ਜਾਓ, ਮੈਨੂੰ ਥੋੜਾ ਸੈਟਲ ਹੋ ਜਾਣ ਦੋ ਕਿ ਮੈਂ ਇਸ ਚੀਜ਼ ਨੂੰ ਹੈ ਨਾ ਇੰਜੋਏ ਕਰ ਸਕਾਂ ਕਿ ਮੈਨੂੰ ਇੱਕ ਹੋਇਆ ਆ। ਤੇ ਪਹਿਲਾਂ ਮੈਂ ਰੋਈ, ਫਿਰ ਮੈਂ ਬਹੁਤ ਹੱਸੀ ਤੇ ਫਿਰ ਮੈਂ ਬਹੁਤ ਇੰਜੋਏ ਕੀਤਾ, ਓਵਰਵੈਲਮ ਹੋ ਜਾਂਦਾ ਬੰਦਾ। ਦੈਟਸ ਬਿਊਟੀਫੁਲ। ਅਗਰ ਆਪਾਂ ਗੱਲ ਕਰਦੇ ਆ ਹੁਣ ਮਾਡਲਿੰਗ ਦੀ ਦੁਨੀਆ ਦੇ, ਬਿਕੋਜ਼ ਇਹਦੇ ਵਿੱਚ ਕਿੰਨੇ ਹੀ ਅੱਗੇ ਫਿਊਚਰ ਦੇ ਕਿੰਨੇ ਹੀ ਪ੍ਰੋਜੈਕਟਸ ਹੁੰਦੇ ਆ, ਤੁਹਾਡਾ ਕੀ ਨੈਕਸਟ ਪ੍ਰੋਜੈਕਟ ਆ ਰਿਹਾ? ਸਾਨੂੰ ਇਹ ਵੀ ਪਤਾ ਲੱਗਿਆ ਕਿ ਤੁਸੀਂ ਆਪਣੀ ਬ੍ਰਾਂਡ ਕੱਪੜਿਆਂ ਦੀ ਸ਼ੁਰੂ ਕਰਨ ਵਾਲੇ ਹੋ। ਦੇਖੋ, ਪੜ੍ਹਾਈ ਤਾਂ ਮੈਂ ਫੈਸ਼ਨ ਦੀ ਹੀ ਕੀਤੀ ਹੈ, ਮੈਂ ਫੈਸ਼ਨ ਡਿਜ਼ਾਈਨਰ ਹਾਂ। ਡੈਫੀਨਿਟਲੀ ਤੇ ਨਾਲ ਤੁਹਾਡੇ ਨਾਮ ਦੇ ਨਾਲ ਡਾਕਟਰੇਟ ਵੀ ਲੱਗਿਆ, ਡਾਕਟਰ, ਉਹਦੇ ਬਾਰੇ ਵੀ ਥੋੜਾ ਦੱਸਿਆ ਜਾਵੇ। ਉਹ ਬਸ ਇੱਕ ਕਹਿੰਦੇ ਨੇ ਕਿ ਰੱਬ ਵੱਲੋਂ ਸੀਗਾ
ਤੇ ਕੁਝ ਅਚੀਵਮੈਂਟਸ ਵੀ ਇਦਾਂ ਦੇ ਸੀਗੇ ਜੋ ਕਿ ਮੇਰੇ ਨੋਟਿਸ ਕੀਤੇ ਗਏ ਤੇ ਮੇਰੇ ਨੈਸ਼ਨਲ ਡਾਇਰੈਕਟਰ ਨੇ ਮੇਰਾ ਨਾਮ ਰਿਕਮੈਂਡ ਕੀਤਾ ਸੀਗਾ ਡਾਕਟਰੇਟ ਵਾਸਤੇ ਓਕੇ ਤੇ ਮੈਨੂੰ ਡਾਕਟਰੇਟ ਮਿਲ ਗਈ ਆਈ ਵਾਸ ਜਸਟ 27 ਵੈਨ ਆਈ ਗਾਟ ਇਟ ਵਾਸ ਟੂ ਯੰਗ ਐਂਡ ਬਹੁਤ ਉਹ ਵੀ ਮੇਰੇ ਲਈ ਇੱਕ ਬਹੁਤ ਵਧੀਆ ਹੈ ਤੇ ਹੁਣ ਮੈਂ ਆਪਣਾ ਬ੍ਰਾਂਡ ਲਾਂਚ ਕਰਦੀ ਕਿਉਂਕਿ ਮੈਂ ਪੜ੍ਹਾਈ ਉਸ ਚੀਜ਼ ਦੀ ਕੀਤੀ ਆ ਆਈ ਐਮ ਇਨ ਟੂ ਫੈਸ਼ਨ ਸੋ ਯੈਸ ਆਈ ਐਮ ਲਾਂਚਿੰਗ ਮਾਈ ਓਨ ਬ੍ਰਾਂਡ ਐਂਡ ਲੇਟਰ ਔਨ ਪਲੀਜ਼ ਫੋਲੋ ਮੀ ਫੋਰ ਮਾਈ ਬ੍ਰਾਂਡਿੰਗ ਐਂਡ ਕਲੋਥਿੰਗ ਬਹੁਤ ਹੀ ਅੱਛਾ ਲੱਗਦਾ ਜਦ ਇੱਕ ਯੰਗ ਏਜ ਦੇ ਵਿੱਚ ਕੋਈ ਆਪਣੀ ਮਿਹਨਤ ਕਰਕੇ ਤੇ ਆਪਣੇ ਬਲਬੂਤੇ ਦੇ ਉੱਤੇ ਤੇ ਅੱਗੇ ਨਿਕਲਦਾ ਆ ਤੇ ਉਹਦੇ ਨਾਲ ਬਹੁਤ ਹੀ ਵਧੀਆ ਲੱਗਦਾ ਤੇ ਸਪੈਸ਼ਲੀ ਜਦ ਤੁਸੀਂ ਇੰਡੀਆ ਦਾ ਨੂੰ ਰੀਪ੍ਰੈਜੈਂਟ ਕਰਦੇ ਇੰਡੀਆ ਦਾ ਝੰਡਾ ਲਿੱਤਾ ਹੁੰਦਾ ਆ ਦੈਨ ਵੀ ਫੀਲ ਵੈਰੀ ਪ੍ਰਾਊਡ ਕਿ ਤੁਸੀਂ ਕਰ ਦਿਓ ਤੇ ਅਗਰ ਫੈਸ਼ਨ ਦੀ ਦੁਨੀਆਂ ਦੀ ਗੱਲ ਕਰੀਏ ਤੇ ਗੱਲ ਕਰੀਏ ਮਾਡਲਿੰਗ ਦੀ ਦੁਨੀਆਂ ਦੀ ਜਾਂ ਗੱਲ ਕਰੀਏ ਕਿ ਇਸ ਇੰਡਸਟਰੀ ਦੀ ਕੀ ਇਹਦੇ ਵਿੱਚ ਤੁਹਾਨੂੰ ਲੱਗਦਾ ਆ ਕਿ ਕਿਸ ਤਰੀਕੇ ਦੇ ਨਾਲ ਇਹ ਕੰਮ ਕਰ ਰਹੀ ਹੈ ਇੰਡਸਟਰੀ ਐਟ ਪ੍ਰੈਜੈਂਟ ਬਹੁਤ ਫਾਸਟ ਹੋ ਗਿਆ ਆ ਸਭ ਕੁਝ ਦੇਖੋ ਇੱਕ ਤਾਂ ਸੋਸ਼ਲ ਮੀਡੀਆ ਦੇ ਆਉਣ ਨਾਲ ਬਹੁਤ ਫਰਕ ਪੈ ਗਿਆ ਆ ਮੈਨੂੰ ਇੱਦਾਂ ਲੱਗਦਾ ਕਿ ਹਰ ਚੀਜ਼ ਦੇ ਪ੍ਰੋਜ਼ ਐਂਡ ਕੌਨਸ ਹੁੰਦੇ ਨੇ ਤੋ ਉਦਾਂ ਹੀ ਸੋਸ਼ਲ ਮੀਡੀਆ ਨੇ ਬਹੁਤ ਚੇਂਜ ਕਰਤੀ ਇੰਡਸਟਰੀ ਪਹਿਲਾਂ ਕੀ ਹੁੰਦਾ ਸੀ ਅਸੀਂ ਕਾਸਟਿੰਗ ਡਾਇਰੈਕਟਰਸ ਦੇ ਥਰੂ ਜਾਂਦੇ ਸੀਗੇ ਜਾਂ ਅਸੀਂ ਏਜੰਸੀਜ਼ 'ਚ ਜਾ ਕੇ ਆਪਣਾ ਪੋਰਟਫੋਲੀਓ ਕੈਰੀ ਕਰਕੇ ਹੈ ਨਾ ਫੋਟੋਗ੍ਰਾਫਸ ਦਿਖਾ ਕੇ ਅਸੀਂ ਕੰਮ ਲੱਭਦੇ ਸੀ ਹੁਣ ਕੀ ਹੈ ਕਿ ਤੁਹਾਡੀ ਫੋਲੋਇੰਗ ਚੈੱਕ ਹੁੰਦੀ ਹੈ ਤੇ ਤੁਹਾਨੂੰ ਕੰਮ ਮਿਲਣਾ ਸ਼ੁਰੂ ਹੋ ਜਾਂਦਾ ਹੈ ਤੁਹਾਨੂੰ ਡਾਇਰੈਕਟਲੀ ਅਪਰੋਚ ਕਰਨਾ ਸੌਖਾ ਹੋ ਗਿਆ ਬਟ ਦੈਨ ਕੌਨਸ ਵੀ ਆ ਕਿ ਮੈਨੂੰ ਇੱਦਾਂ ਲੱਗ ਰਿਹਾ ਕਿ ਜੋ ਰੈਵਨਿਊ ਆਉਣਾ ਚਾਹੀਦਾ ਆ ਮਾਡਲਿੰਗ ਦੇ ਥਰੂ ਉਹ ਉਦਾਂ ਦਾ ਆ ਨਹੀਂ ਰਿਹਾ ਹੈਗਾ ਕਿਉਂਕਿ ਬਾਰਟਰ ਸਿਸਟਮ ਜ਼ਿਆਦਾ ਹੋ ਗਿਆ ਹੈ ਪੀਪਲ ਆਰ ਵਰਕਿੰਗ ਫਾਰ ਲਾਈਕਸ ਐਂਡ ਗੈਟਿੰਗ ਫ੍ਰੀ ਪ੍ਰੋਡਕਟਸ ਜਾਂ ਵਟ ਐਵਰ ਤੋ ਉਹ 'ਚ ਰੈਵਨਿਊ ਘੱਟ ਹੋ ਗਿਆ ਮੈਨੂੰ ਇੱਦਾਂ ਲੱਗਦਾ ਆਈ ਡੋਂਟ ਨੋ ਕਿ ਕਿੱਦਾਂ ਮੈਨੇਜ ਕਰ ਰਹੇ ਨੇ ਲੋਕ ਬਟ ਇਹ ਮੈਨੂੰ ਲੱਗਦਾ ਕਿ ਫਰਕ ਆ ਗਿਆ ਤੇ ਹੁਣ ਇੰਡਸਟਰੀ ਬਹੁਤ ਚੇਂਜ ਹੋ ਗਈ ਆ ਸਾਡੇ ਟਾਈਮ ਨਾਲੋਂ ਮੈਨੂੰ ਲੱਗਦਾ ਕਿ ਸਟਰਗਲ ਘੱਟ ਆ ਹੁਣ ਤੇ ਫੇਮ ਜ਼ਿਆਦਾ ਆ ਫੇਮ ਸਾਡੇ ਟਾਈਮ ਤੇ ਘੱਟ ਸੀ ਅਗਰ ਮੈਂ ਕਹਾਂ ਕਿ ਮਨਪ੍ਰੀਤ ਸ਼ੇਖੋ ਅਗਰ ਕੁਛ ਸ਼ਬਦਾਂ ਦੇ ਵਿੱਚ ਦੱਸੇ ਕਿ ਲਾਈਫ ਕੀ ਹੈ ਕਿਸ ਤਰੀਕੇ ਨਾਲ ਜੀਣੀ ਚਾਹੀਦੀ ਹੈ ਬਿਕੋਜ਼ ਆਈ ਵਿਟਨੈਸ ਕਿ ਤੁਸੀਂ ਇੱਕ ਛੋਟੀ ਜਿਹੀ ਉਮਰ ਦੇ ਵਿੱਚ ਕਾਫੀ ਸਾਰੀ ਕੰਟਰੀਜ਼ ਘੁੰਮੇ ਹੋ ਠੀਕ ਹੈ ਮੀਨਸ ਲੰਡਨ ਹੋ ਗਿਆ ਅਫਰੀਕਾ ਹੋ ਗਿਆ ਜਾਂ ਕਿਹੜੀ ਕਿਹੜੀ ਜਗ੍ਹਾ ਦੇ ਵਿੱਚ ਤੁਸੀਂ ਘੁੰਮੇ ਹੋ ਉਹ ਤੁਹਾਨੂੰ ਇੱਕ ਬੋਲਡਨੈਸ ਐਂਡ ਲਾਈਫ ਦੇ ਐਕਸਪੀਰੀਅੰਸਿਸ ਦਿੰਦਾ ਆ ਤੇ ਤੁਸੀਂ ਅਗਰ ਤੁਹਾਨੂੰ ਇਹ ਪੁੱਛਿਆ ਜਾਵੇ ਕਿ ਲਾਈਫ ਕੀ ਹੈ ਤੇ ਕਿਸ ਤਰੀਕੇ ਨਾਲ ਜੀਣੀ ਚਾਹੀਦੀ ਹੈ ਤਾਂ ਕੀ ਕਹਿਣਾ ਚਾਹੋਗੇ ਦੇਖੋ ਤੁਹਾਡੇ ਕੁਐਸਚਨ ਦੇ ਵਿੱਚ ਹੀ ਨਾ ਆਨਸਰ ਹੈ ਲਾਈਫ ਲਾਈਫ ਜ਼ਿੰਦਗੀ ਜ਼ਿੰਦਗੀ ਨੂੰ ਜਿਉਣਾ ਸਿੱਖੋ ਤੇ ਮੈਂ ਸਭ ਨੂੰ ਕਹਿੰਦੀ ਹਾਂ ਕਿ ਜ਼ਿੰਦਗੀ ਦੇ ਵਿੱਚ ਨਾ ਤਕਲੀਫ਼ ਬਹੁਤ ਹੈ ਜੇ ਆਪਣੇ ਆਸੇ ਪਾਸੇ ਦੇਖਣ ਲੱਗ ਜਾਓ ਨਾ ਤਾਂ ਦੁੱਖ ਦਰਦ ਬਹੁਤ ਆ ਤੇ ਹਾਸੇ ਵੰਡਿਆ ਕਰੋ ਹੱਸਦੇ ਰਿਹਾ ਕਰੋ ਕੁਛ ਲੋਕ ਏਦਾਂ ਹੁੰਦੇ ਆ ਲਾਈਫ ਦੇ ਵਿੱਚ ਮਿਲਦੇ ਆ ਕਈ ਜੋ ਕਿਸੇ ਨੂੰ ਬੁਲਾਉਣ ਦੇ ਵਿੱਚ ਝਿਜਕ ਜਾਂਦੇ ਆ ਇਸੇ ਡਰ 'ਚ ਰਹਿ ਜਾਂਦਾ ਕਿ ਯਾਰ ਮੈਂ ਗੱਲ ਕਰਾਂ ਕਿ ਨਾ ਕਰਾਂ ਮੈਂ ਨਹੀਂ ਹੈਗੀ ਏਦਾਂ ਮੈਂ ਜਿਹਨੂੰ ਬੁਲਾਉਣਾ ਹੋਵੇ ਬੁਲਾ ਲੈਂਦੀ ਹਾਂ ਗੱਲ ਕਰ ਲੈਂਦੀ ਹਾਂ ਕਿਸੇ ਦੀ ਸੁਣ ਲੈਂਦੀ ਹਾਂ ਕਿਸੇ ਨੂੰ ਆਪਣੀ ਦੱਸ ਦਿੰਦੀ ਹਾਂ ਤੇ ਬਸ ਇਹੀ ਹਮੇਸ਼ਾ ਕਹਿੰਦੀ ਹਾਂ ਕਿ ਜ਼ਿੰਦਗੀ ਨੂੰ ਜੀ ਭਰ ਕੇ ਜਿਉ ਤੇ ਹੱਸਦੇ ਮੁਸਕਰਾਉਂਦੇ ਰਹੋ ਤੇ ਹਾਸੇ ਵੰਡਿਆ ਕਰੋ ਦੁੱਖ ਤਾਂ ਬਹੁਤ ਮਿਲ ਜਾਂਦਾ ਹੈ ਦੁਨੀਆਂ 'ਚ ਹਾਸੇ ਵੰਡਣ ਨਾਲੇ ਘੱਟ ਆ ਕਿਆ ਬਾਤ ਹੈ ਕਿਆ ਬਾਤ ਹੈ ਤੇ ਕਿਸ ਤਰ੍ਹਾਂ ਇੱਕ ਯੰਗ ਡਾਕਟਰੇਟ ਤੇ ਯੰਗ ਸਾਡੀ ਮਾਡਲ ਨੇ ਕਿਹਾ ਕਿ ਹੱਸਦੇ ਰਹੋ ਤੇ ਇਸੀ ਦੇ ਨਾਲ ਲਾਈਫ ਨੂੰ ਅੱਗੇ ਵਧਣ ਵਧਾਉਂਦੇ ਰਹੋ ਤੇ ਉਹਨੂੰ ਅੱਗੇ ਵਧਣ ਦਾ ਮੌਕਾ ਮਿਲਦਾ ਆ ਤੇ ਤੁਹਾਨੂੰ ਇੱਕ ਚੀਜ਼ ਇਸ ਇੰਡਸਟਰੀ ਦੇ ਵਿੱਚ ਕਿਹੜੇ ਕਿ ਮਾਡਲਿੰਗ ਦੀ ਦੁਨੀਆਂ ਦੇ ਵਿੱਚ ਜਾਂ ਐਕਟਿੰਗ ਦੀ ਦੁਨੀਆਂ ਦੇ ਵਿੱਚ ਸਟਰਗਲ ਕਰ ਰਹੇ ਨੇ ਜਾਂ ਉਹ ਕਰਨਾ ਚਾਹ ਰਹੇ ਨੇ ਤੇ ਉਹਨਾਂ ਨੂੰ ਕੀ ਤੁਸੀਂ ਕਹਿਣਾ ਚਾਹੋਗੇ ਕੰਸਿਸਟੈਂਸੀ ਇਜ਼ ਦ ਕੀ ਟੂ ਐਵਰੀਥਿੰਗ
ਜੇ ਤੁਸੀਂ ਕੰਸਿਸਟੈਂਟ ਹੋ, ਤੁਸੀਂ ਹਾਰਡ ਵਰਕਿੰਗ ਹੋ, ਤਾਂ ਫਿਰ ਤੁਹਾਨੂੰ ਕੋਈ ਨਹੀਂ ਰੋਕ ਸਕਦਾ। ਤੁਸੀਂ ਆਪਣੇ ਗੋਲ ਵੱਲ ਦੇਖੋ, ਨੈਗੇਟਿਵਿਟੀ ਨੂੰ ਬਿਲਕੁਲ ਅਵੋਇਡ ਕਰ ਦਿਓ, ਉਹਦਾ ਅਸਰ ਹੀ ਨਾ ਲਓ ਆਪਣੇ ਦਿਮਾਗ ਦੇ ਉੱਤੇ। ਕੋਈ ਕੁਛ ਵੀ ਬੋਲਦਾ ਰਹੇ ਏਦਾਂ ਨੀ ਓਦਾਂ ਨੀ, ਇੰਡਸਟਰੀ ਅੱਛੀ ਹੈ ਬੁਰੀ ਹੈ, ਤੁਹਾਨੂੰ ਹਰ ਟਾਈਪ ਦੇ ਲੋਕ ਮਿਲਣਗੇ। ਉਹਨਾਂ ਨੂੰ ਅਵੋਇਡ ਕਰਕੇ ਆਪਣੇ ਗੋਲ ਤੇ ਕੰਸੈਂਟਰੇਟ ਕਰੋ, ਆਪਣੇ ਮਨ ਦੀ ਸੁਣੋ, ਕੰਸਿਸਟੈਂਸੀ ਨਾਲ ਤੇ ਹਾਰਡ ਵਰਕ ਦੇ ਨਾਲ ਆਪਣਾ ਕੰਮ ਕਰੋ, ਨਥਿੰਗ ਕੈਨ ਸਟੌਪ ਯੂ। ਦੈਟਸ ਸੋ ਬਿਊਟੀਫੁਲ। ਐਂਡ ਮੈਂ ਇੱਕ ਵਾਰੀ ਫੇਰ ਤੁਹਾਡੀ ਸਿਡਨੀ ਦੀ ਧਰਤੀ ਦੇ ਉੱਤੇ ਆਉਣ ਵਾਸਤੇ, ਤੇ ਤੁਸੀਂ ਬਹੁਤ ਹੀ ਵਧੀਆ ਕਿਹੜਾ ਕਿ ਪੂਰੀ ਦੁਨੀਆਂ ਦੇ ਵਿੱਚ ਨਾਮ ਕਰ ਰਹੇ ਹੋ, ਉਹਦੇ ਵਾਸਤੇ ਤੁਹਾਨੂੰ ਬਹੁਤ ਬਹੁਤ ਵਧਾਈਆਂ ਦੇਵਾਂਗੇ। ਤੇ ਫਰੈਂਡਸ ਵਰਲਡ ਟੀਵੀ ਦੀ ਤਰਫੋਂ ਇਹੀ ਦੁਆ ਕਰਾਂਗੇ, ਤੁਸੀਂ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰਦੇ ਰਹੋ, ਤੇ ਇਸੇ ਤਰੀਕੇ ਨਾਲ ਪੂਰੀ ਦੁਨੀਆਂ ਦੇ ਵਿੱਚ ਇੰਡੀਅਨਸ ਦਾ ਨਾਮ, ਪੰਜਾਬੀਆਂ ਦਾ ਨਾਮ ਹਮੇਸ਼ਾ ਅੱਗੇ ਵਧਾਉਂਦੇ ਰਹੋ। ਬਹੁਤ ਬਹੁਤ ਸ਼ੁਕਰੀਆ। ਤੇ ਦੋਸਤੋ, ਇਹ ਆਪਾਂ ਗੱਲਬਾਤ ਕੀਤੀ ਮਨਪ੍ਰੀਤ ਸ਼ੇਖੋ ਦੇ ਨਾਲ, ਇਹਨਾਂ ਨੇ ਕਿ ਪੂਰੀ ਦੁਨੀਆਂ ਦੇ ਵਿੱਚ ਮਾਡਲਿੰਗ ਦੀ ਦੁਨੀਆਂ ਵਿੱਚ, ਕਿਉਂਕਿ ਮਾਡਲਿੰਗ ਦੀ ਦੁਨੀਆਂ ਇੱਕ ਇੱਦਾਂ ਦੀ ਦੁਨੀਆਂ ਹੈ ਜਿਹੜੀ ਕਿ ਕਈ ਲੋਕੀ ਇੱਥੇ ਆਉਂਦੇ ਨੇ ਐਂਡ ਬੜੇ ਘੱਟ ਸਮੇਂ ਦੇ ਵਿੱਚ ਅਲੋਪ ਹੋ ਜਾਂਦੇ ਨੇ, ਲੇਕਿਨ ਇਹਨਾਂ ਦਾ ਕਿਹੜਾ ਸਫ਼ਰ ਹੈ, ਕਿੱਦਾਂ ਇਹਨਾਂ ਦਾ ਕਿਹਾ ਕਿ ਕੰਟੀਨਿਊ ਲੱਗੇ ਰਹੋ, ਤੇ ਇਹ ਇਹਨਾਂ ਨੇ ਇੱਕ ਇਗਜ਼ਾਮਪਲ ਬਣ ਕੇ ਉਸ ਲੱਗੇ ਹੋਏ ਨੂੰ ਦੇਖਿਆ। ਅੱਜ ਮੇਰੇ ਖਿਆਲ ਨਾਲ 7 ਜਾਂ 8 ਸਾਲਾਂ ਬਾਅਦ ਅਸੀਂ ਦੁਬਾਰਾ ਕਰ ਰਹੇ ਹਾਂ, ਤਦ ਵੀ ਇਹ ਐਜ਼ ਏ ਮਾਡਲ ਤਦ ਵੀ ਸੀਗੇ, ਤੇ ਹੁਣ ਵੀ ਇਹਨਾਂ ਨੇ ਬਹੁਤ ਤਰੱਕੀ ਕਰਕੇ ਅੱਗੇ ਪੂਰੀ ਦੁਨੀਆਂ ਦੇ ਵਿੱਚ ਨਾਮ ਕੀਤਾ। ਐਂਡ ਮੈਂ ਇੱਕ ਵਾਰੀ ਫੇਰ ਤੁਹਾਨੂੰ ਐਂਡ ਤੁਹਾਡੇ ਪੇਰੈਂਟਸ ਨੂੰ ਐਂਡ ਤੁਹਾਡੀ ਪੂਰੀ ਫੈਮਿਲੀ ਨੂੰ ਬਹੁਤ ਵਧਾਈ ਦੇਵਾਂਗਾ ਕਿ ਇਹਨਾਂ ਨੇ ਤੁਹਾਨੂੰ ਇਸ ਜਗ੍ਹਾ ਤੱਕ ਪਹੁੰਚਾਉਣ ਦੇ ਵਿੱਚ ਜਾਂ ਪੂਰੀ ਫੈਮਿਲੀ ਸਪੋਰਟ ਦੇ ਨਾਲ ਕੀਤਾ। ਐਂਡ ਮੈਂ ਇੱਕ ਚੀਜ਼ ਇਹ ਵੀ ਕਹਾਂਗਾ ਕਿ ਮਾਡਲਿੰਗ ਦੀ ਦੁਨੀਆਂ ਦੇ ਵਿੱਚ ਸਪੈਸ਼ਲੀ ਗਰਲਸ ਹੈ ਨਾ, ਤੇ ਤੁਸੀਂ ਪੂਰੀ ਜਿਸ ਤਰੀਕੇ ਨਾਲ ਰੀਪ੍ਰਜੈਂਟ ਕਰਤਾ ਸਾਰੇ ਪਾਸੇ, ਤੇ ਕਿੱਦਾਂ ਤੁਸੀਂ ਆਪਣਾ ਪ੍ਰੋਡਕਟ ਵੀ ਲੈ ਕੇ ਆ ਰਹੇ ਹੋ, ਕਿੱਦਾਂ ਕਿ ਇਹਨਾਂ ਨੂੰ ਦੱਸਿਆ ਕਿ ਆਪਣੇ ਕੱਪੜਿਆਂ ਦੇ ਪ੍ਰੋਡਕਟ ਇਹਨਾਂ ਦੇ ਆ ਰਹੇ ਨੇ ਤੇ ਇਹਨਾਂ ਨੂੰ ਫੋਲੋ ਕਰੋ। ਐਂਡ ਇਹ ਫੈਸ਼ਨ ਦੀ ਦੁਨੀਆ ਕਿਹੜੀ ਹੈ ਉਹਨੂੰ ਹਮੇਸ਼ਾ ਹੀ ਜੀਣਾ ਚਾਹੀਦਾ, ਅਲੱਗ ਅਲੱਗ ਤਰੀਕੇ ਦੇ ਕੱਪੜੇ, ਅਲੱਗ ਅਲੱਗ ਤਰੀਕੇ ਦੇ ਸਟਾਈਲਸ ਆਉਣੇ ਚਾਹੀਦੇ ਹੈ। ਤੇ ਮੈਂ ਜਾਣ ਤੋਂ ਪਹਿਲਾਂ ਇੱਕ ਹੋਰ ਸਟੋਰੀ ਸੀਗੀ ਬੜੀ ਖੱਟੀ ਮਿੱਟੀ ਜੀ, ਤੇ ਮੈਂ ਜ਼ਰੂਰ ਸ਼ੇਅਰ ਕਰਾਂਗਾ ਕਿਉਂਕਿ ਟਾਈਮ ਲਿਮਿਟਿਡ ਹੈ, ਲੇਕਿਨ ਚੀਜ਼ਾਂ ਕਿਹੜੀਆਂ ਬੜੀਆਂ ਓਦਾਂ ਦੀਆਂ। ਇੱਕ ਵਾਰੀ ਤੁਹਾਡਾ ਸਮਾਨ ਗੁੰਮ ਗਿਆ ਸੀਗਾ ਸ਼ਾਇਦ ਏਅਰਪੋਰਟ ਤੇ, ਹੈ ਨਾ, ਤੇ ਤੁਸੀਂ ਸਾਰਾ ਬਵਾਲ ਕਰਤਾ ਸੀਗਾ, ਥੋੜਾ ਉਹਦੀ ਵੀ ਕਹਾਣੀ ਸ਼ੇਅਰ ਹੋ ਜੇ। ਤੋ ਜਦੋਂ ਮੈਂ ਜਾ ਰਹੀ ਸੀ ਅਫਰੀਕਾ ਪੇਜੈਂਟ ਵਾਸਤੇ ਜਾ ਰਹੀ ਸੀ, ਓਬਵੀਅਸਲੀ ਸਾਰੇ ਬੈਸਟ ਡਰੈਸਸ, ਹੀਲਸ, ਸਪੌਂਸਰਸ ਦੇ ਡਰੈਸਸ, ਹੈ ਨਾ, ਲਹਿੰਗੇ ਵੈਰੀ ਕੋਸਟਲੀ। ਤੋ ਮੈਂ ਪਹੁੰਚ ਗਈ ਆਕਰਾ, ਤੋ ਸਾਡੀ ਫਲਾਈਟ ਸੀਗੀ ਬੋਂਬੇ ਟੂ ਕੀਨੀਆ, ਕੀਨੀਆ ਟੂ ਆਕਰਾ। ਕੀਨੀਆ ਦੇ ਵਿੱਚ ਮੇਰਾ ਲਗੇਜ ਉੱਥੇ ਛੱਡਤਾ ਉਹਨਾਂ ਨੇ, ਕਿਉਂਕਿ ਦੇਰ ਵਾਸ ਸਮ ਮਿਸਟੇਕ ਕਿ ਟੈਗ ਨਹੀਂ ਲਗਾਇਆ ਸੀ, ਟ੍ਰਾਂਸਫਰ ਦਾ ਟੈਗ ਨਹੀਂ ਲਗਾਇਆ, ਤਾਂ ਉਹਨਾਂ ਨੇ ਸਾਡਾ ਕੈਰੀ ਫਾਰਵਰਡ ਨਹੀਂ ਕੀਤਾ। ਤੋ ਪੂਰੇ 2 ਦਿਨ ਤੁਸੀਂ ਸੋਚ ਲਓ ਕੀ ਕਰੋਗੇ ਬੰਦਾ, ਮੇਰੇ ਕੋਲ ਕੱਪੜੇ ਨਹੀਂ ਸੀਗੇ, ਆਈ ਵਾਸ ਵੈਰੀ ਸਟ੍ਰੈਸ। ਤੇ ਜਿੱਦਣ ਮੈਨੂੰ ਮੇਰਾ ਬੈਗ ਮਿਲਿਆ ਸੀ, ਮੈਂ ਪੂਰਾ ਏਅਰਪੋਰਟ ਮੇਰੇ ਲਈ ਤਾਲੀਆਂ ਮਾਰ ਰਿਹਾ ਸੀਗਾ, ਸਾਰਿਆਂ ਨਾਲ ਮੇਰੀ ਦੋਸਤੀ ਹੋ ਗਈ ਅਫਰੀਕਾ ਦੇ ਏਅਰਪੋਰਟ ਦੇ ਸਟਾਫ ਦੇ ਨਾਲ, ਤੇ ਸਾਰੇ ਮੇਰੇ ਤੋਂ ਜ਼ਿਆਦਾ ਉਹ ਖੁਸ਼ ਸੀਗੇ, ਕਿਉਂਕਿ ਮੈਂ ਇੰਨਾ ਕੁ ਰੋਈ ਸੀ ਕਿ ਮੇਰਾ ਲਗੇਜ ਲੋਸਟ ਹੋ ਗਿਆ ਔਰ ਮੇਰਾ ਕੰਪੀਟੀਸ਼ਨ ਹੈ, ਇਹ ਮੇਰਾ ਲਾਸਟ ਚਾਂਸ ਆ ਨਾ ਕਿ ਮੈਂ ਇੱਕ ਪੇਜੈਂਟ ਕਰ ਸਕਾਂ। ਇਟ ਵਾਸ ਅ ਰਿਲੀਫ ਆਲਸੋ ਐਂਡ ਇਟ ਵਾਸ ਅ ਲੈਸਨ ਆਲਸੋ ਕਿ ਟਰੈਕਰ ਪਾ ਦਿਆ ਕਰੋ ਲਗੇਜ। ਦੈਟਸ ਰੀਅਲੀ ਗੁੱਡ। ਤੇ ਕੋਈ ਏਦਾਂ ਦੀ ਗੱਲਬਾਤ ਸਟੇਜ ਦੇ ਪਿੱਛੇ, ਕੋਈ ਏਦਾਂ ਦੀ ਘਟਨਾ ਜਾਂ ਖੱਟੀ ਮਿੱਠੀ ਯਾਦਗਾਰ ਕਿਹੜੀ ਕਿ ਤੁਹਾਨੂੰ ਕਿਹਾ ਹੋਵੇ ਯਾਰ ਮੈਂ ਕਿੱਥੇ ਫਸ ਗਈ,
ਰੱਬਾ ਬਚਾ ਲਾ ਜਾਂ ਅੱਜ ਵਾਲਾ ਸਟੇਜ ਕਢਾ ਦੇ ਕਿਸੇ ਨਾ ਕਿਸੇ ਤਰੀਕੇ ਨਾਲ, ਕੁਛ ਏਦਾਂ ਦੀ ਕੋਈ ਖੱਟੀ ਮਿੱਟੀ ਗੱਲਬਾਤ। ਇੱਦਾਂ ਦਾ ਨਾ ਇੱਕ ਕਿੱਸਾ ਹੋਇਆ ਸੀ, ਜਦੋਂ ਅਸੀਂ ਮੈਂ ਫਸਟ ਟਾਈਮ ਫਿਲੀਪੀਨਸ 'ਚ ਪਾਰਟਿਸਿਪੇਟ ਕੀਤਾ ਸੀਗਾ, ਤਾਂ ਨਾ ਮੇਰਾ ਫਸਟ ਐਕਸਪੀਰੀਅੰਸ ਸੀਗਾ, ਤੇ ਮੈਨੂੰ ਨਾ ਕਦੇ ਕੋਈ ਗਰੂਮਿੰਗ ਨਹੀਂ ਮਿਲੀ ਹੈਗੀ। ਮਤਲਬ ਜੇ ਮੈਨੂੰ ਕੋਈ ਕਵੇ ਕਿ ਮੈਨੂੰ ਕਿਸੇ ਨੇ ਤੁਰਨਾ ਸਿਖਾਇਆ ਹੈ ਜਾਂ ਕਿਸੇ ਨੇ ਬੋਲਣਾ ਸਿਖਾਇਆ ਕਿ ਸਟੇਜ ਤੇ ਕਿੱਦਾਂ ਬੋਲਣਾ, ਤੇ ਨਹੀਂ। ਸਾਡੇ ਸਰ ਜੌਨ ਸੀਗੇ ਫਿਲੀਪੀਨਸ ਦੇ ਵਿੱਚ, ਹੀ ਇਜ਼ ਨੋ ਮੋਰ, ਸੋ ਉਹਨਾਂ ਨੇ ਮੈਨੂੰ ਗਰੂਮ ਕੀਤਾ ਸੀਗਾ ਉਹਨਾਂ ਹੀ 10 ਦਿਨਾਂ ਦੇ ਅੰਦਰ। ਤਾਂ ਮੈਨੂੰ ਇਸ ਚੀਜ਼ ਦਾ ਆਈਡੀਆ ਨਹੀਂ ਸੀਗਾ ਕਿ ਇੰਨੀ ਫਾਸਟ ਚੇਂਜ ਕਰਨਾ ਹੋਊਗਾ, ਠੀਕ ਹੈ। ਤਾਂ ਬਾਕੀ ਕੁੜੀਆਂ ਦਾ ਕੀ ਸੀਗਾ, ਇੱਕ ਗਾਊਨ ਉਤਾਰਿਆ ਦੂਜਾ ਪਾ ਲਿਆ, ਤੇ ਮੈਂ ਕੀ ਕਰਨਾ, ਮੈਂ ਪੂਰਾ ਲਹਿੰਗਾ ਪਾਉਣਾ, ਨੱਥ ਪਾਉਣੀ ਹੈ ਤੇ ਪਾਉਣੇ ਹੈ, ਤਾਂ ਮੇਰਾ ਤਾਂ ਮਤਲਬ ਹਾਲਤ ਖਰਾਬ, ਆਈ ਵਾਸ ਲਾਈਕ ਅ ਰੋਬੋਟ। ਉਹ ਮੇਰੀ ਲਾਈਫ ਦਾ ਇੱਕ ਬਹੁਤ ਹੀ ਸਟ੍ਰੈਸਫੁਲ ਸੀਨ ਰਿਹਾ ਹੈ, ਬਟ ਆਈ ਵਾਸ ਏਬਲ ਟੂ ਡੂ ਇਟ, ਕਿ ਗਾਊਨ ਗਾਊਨ ਤੋਂ ਬਾਅਦ ਚੇਂਜ ਕਰਕੇ ਲਹਿੰਗਾ, ਲਹਿੰਗੇ ਤੋਂ ਬਾਅਦ ਫਿਲੀਪੀਨਸ ਦਾ ਕੋਸਟਿਊਮ, ਕੋਸਟਿਊਮ ਤੋਂ ਬਾਅਦ ਫਿਰ ਤੋਂ ਮੇਰਾ ਨੈਸ਼ਨਲ ਡਰੈਸ। ਸੋ 4-5 ਚੇਂਜਿਸ 1 ਘੰਟੇ ਦੇ ਅੰਦਰ, ਤੇ ਉਸ ਤੋਂ ਬਾਅਦ ਤੁਸੀਂ 10-10 ਮਿੰਟ ਸਟੇਜ ਤੇ ਵੀ ਹੋ। ਉਹ ਬਹੁਤ ਇੱਕ ਮੇਰੀ ਲਾਈਫ ਦਾ ਲੈਸਨ ਸੀਗਾ ਕਿ ਕਿੱਦਾਂ ਮੈਂ ਉਹਨੂੰ ਕੋਪ ਅਪ ਕੀਤਾ ਤੇ ਕਿੱਦਾਂ ਤੁਹਾਨੂੰ ਪ੍ਰਿਪੇਅਰ ਹੋਣਾ ਚਾਹੀਦਾ ਹੈ, ਉਹਨੇ ਹੀ ਪਤਾ ਸੀ। ਚਲੋ ਇੱਕ ਵਾਰੀ ਮੈਂ ਦੁਬਾਰਾ ਤੁਹਾਨੂੰ ਆਸਟ੍ਰੇਲੀਆ ਦੀ ਧਰਤੀ ਤੇ ਸਿਡਨੀ ਦੇ ਵਿੱਚ ਸਪੈਸ਼ਲੀ ਬਹੁਤ ਬਹੁਤ ਮੁਬਾਰਕਬਾਦ ਦੇਵਾਂਗਾ, ਤੇ ਕਹਾਂਗਾ ਕਿ ਕਿਸ ਤਰੀਕੇ ਨਾਲ ਤੁਸੀਂ ਆਪਣੇ ਸਮਾਈਲ ਦੇ ਨਾਲ ਤੇ ਆਪਣੇ ਸਟਾਈਲ ਨਾਲ ਤੇ ਆਪਣੀ ਸਾਦਗੀ ਦੇ ਨਾਲ ਤੁਸੀਂ ਲੱਗੇ ਹੋਏ ਹੋ ਤੇ ਏਦਾਂ ਹੀ ਲੱਗੇ ਰਹੋ। ਦੋਸਤੋ ਇਸੀ ਦੇ ਨਾਲ ਮੈਂ ਇਜਾਜ਼ਤ ਲੈਣਾ, ਤੇ ਮੇਰੇ ਨਾਲ ਅੱਜ ਮਨਪ੍ਰੀਤ ਸੇਖੋਂ ਸਟੂਡੀਓ ਦੇ ਵਿੱਚ, ਤੇ ਮਿਲਦੇ ਹਾਂ ਠੀਕ। Australia's first Indian magazine to have a national reach, Indus Age is the largest circulated South Asian magazine in Australia with 5 simultaneous editions, 55,000 copies printed monthly, 220,000 readers, largest network of clients, undisputed leader in community news. Indus Age is circulated in Sydney, Melbourne, Adelaide, Brisbane and Perth to over 525 outlets. Grab your copy now to get the latest on the community, news from India, Bollywood, music and much more. For more info, log on to www.indusage.com.au.